जे तुसीं सर्वसम्मति नाल मैनूं पिंड दा सरपंच बनाउणे हो मैं 25 लाख रुपया तुहाडे सारयां दे सामणे रख दूंगा जिथे मर्जी लवा लिओ। टेबल ते 25 लाख रुपया इदां रख्या जाऊगा, पिंड दे सियाणे सियाणे बंदे दसणगे वी आह पिंड दे कम ने, आह वार्डां दे कम ने, उत्थे हरेक वार्ड दे मैंबर नूं नाल लिजा के ਉਹ ਕੰਮ ਤੇ ਪੈਸੇ ਲਾਏ ਜਾਣਗੇ। ਉਸੇ ਦਿਨੀ ਜਿੱਦਣ ਸਰਬਸੰਮਤੀ ਹੋਊਗੀ ਵੀ ਆਪਾਂ ਇਕੱਲਾ ਇਕੱਲਾ ਹਿਸਾਬ 5 ਸਾਲਾਂ ਬਾਅਦ ਜਿੱਥੇ ਹੁਣ ਇਕੱਠੇ ਹੋਏ ਆ ਇੱਥੇ ਖੜੇ ਹੋ ਕੇ ਕਹਿਣਾ ਵੀ ਇੰਨੇ ਕਰੋੜ ਰੁਪਏ ਆਇਆ ਸੀ ਇੱਥੇ ਇੱਥੇ ਲੱਗਿਆ। ਆਪਾਂ ਇੱਕ ਜਗ੍ਹਾ ਤੇ ਇਕੱਠ ਕਰਕੇ ਸਭ ਨੂੰ ਦੱਸਿਆ ਕਰਾਂਗੇ ਕਿ ਅੱਜ 25 ਲੱਖ ਪਿੰਡ ਖਾਤਰ ਆਇਆ, ਅੱਜ 50 ਲੱਖ ਪਿੰਡ ਖਾਤਰ ਆਇਆ। ਜਦੋਂ ਮੈਂ ਜਿੱਤ ਜਾਊਂਗਾ ਮੈਂ ਪਿੰਡ ਦੀਆਂ ਕੁੜੀਆਂ ਨੂੰ ਆਇਲਸ ਫ੍ਰੀ ਕਰਾਊਂਗਾ। ਆਪਣਾ ਕੰਮ ਸੋਹਣਾ ਚੱਲਦਾ ਹੈ, ਮੇਰਾ ਇਮੀਗ੍ਰੇਸ਼ਨ ਦਾ ਕੰਮ ਆ, ਵਧੀਆ ਵੀਜ਼ੇ ਆਉਂਦੇ, ਟਾਈਮ ਪਾਸ ਪਿੰਡ ਦੇ ਵਿੱਚ ਹੋਈ ਜਾਂਦਾ ਹੈ। ਦੇਖੋ ਮੈਂ ਸੋਚਿਆ ਜੇ 1 ਸਾਲ ਦੀ ਕਮਾਈ ਇੱਧਰ ਲਾ ਦਾਂਗੇ ਤਾਂ ਸਾਰੀ ਉਮਰ ਹੀ ਪਈ ਹੈ ਕਮਾਉਣ ਨੂੰ, ਪਿੰਡ ਦਾ ਨਾਮ ਰੋਸ਼ਨ ਹੋਊਗਾ। ਆਉਣ ਵਾਲੇ 5 ਸਾਲਾਂ ਤੋਂ ਬਾਅਦ ਮੈਂ ਪਿੰਡ ਦੇ ਵਿਚਾਲੇ ਖੜਾ ਹੋਊਂਗਾ ਵੀ ਮੈਨੂੰ ਸਰਬਸੰਮਤੀ ਕਰ ਦਿਉ। ਜੇ ਮੇਰੇ ਬਰਾਬਰ ਕੋਈ ਖੜਾ ਹੁੰਦਾ ਪਿੰਡ ਮੈਨੂੰ ਕਹਿੰਦੇ ਵੀ ਅਸੀਂ ਤੇਰੀ ਸਰਬਸੰਮਤੀ ਨਹੀਂ ਕਰਨੀ, ਤੂੰ ਕੰਮ ਨਹੀਂ ਕੀਤੇ, ਮੈਂ ਖੜਾ ਨਹੀਂ ਹੁੰਦਾ ਬਾਈ ਜ਼ਿੰਦਗੀ ਦੇ ਵਿੱਚ, ਬਾਈ ਇਹ ਲਾਈਨ ਦੇ ਵਿੱਚ ਨਹੀਂ ਆਉਂਦਾ ਜੇ ਮੇਰੇ ਤੋਂ ਕੰਮ ਨਾ ਹੋਏ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਗਰੇਵਾਲ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪਿਛਲੇ ਦਿਨੀ ਇੱਕ ਨੌਜਵਾਨ ਦੀ ਵੀਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਆ। ਨੌਜਵਾਨ ਦੇ ਵੱਲੋਂ ਪਿੰਡ ਦੀ ਸਰਪੰਚੀ ਦੇ ਵਿੱਚ ਹੱਥ ਅਜਮਾਉਣ ਦੀ ਗੱਲ ਕਹੀ ਜਾਂਦੀ ਆ ਕਿ ਭਾਈ ਮੈਨੂੰ ਜੇਕਰ ਪੂਰਾ ਪਿੰਡ ਸਰਬਸੰਮਤੀ ਦੇ ਨਾਲ ਸਰਪੰਚ ਬਣਾਉਣਾ ਤਾਂ ਮੈਂ ਉਹ 25 ਲੱਖ ਰੁਪਈਆ ਜਿਹੜਾ ਪਿੰਡ ਵਾਲਿਆਂ ਨੂੰ ਦੇ ਦਿਉ, ਜਿੱਥੇ ਤੁਹਾਡਾ ਦਿਲ ਕਰਿਆ ਉੱਥੇ ਲਾ ਲਿਓ। ਵੱਡੀ ਗੱਲ ਇੱਕ ਹੋਰ ਕਰੀ ਉਸ ਨੌਜਵਾਨ ਨੇ, ਉਹ ਕਹਿੰਦਾ ਕਿ ਹਰ ਵਾਰ ਜਿਹੜੀ ਵੀ ਗ੍ਰਾਂਟ ਆਇਆ ਕਰਨੀ ਹੈ ਨਾ ਪਾਰਦਰਸ਼ਤਾ ਦੇ ਨਾਲ ਲੋਕਾਂ ਨੂੰ ਦੱਸਿਆ ਕਰਾਂਗੇ ਕਿ ਭਾਈ ਇੰਨੀ ਗ੍ਰਾਂਟ ਆਈ ਆ, ਐਸਾ ਕੁਛ ਆਪਾਂ ਇਹਦਾ ਗ੍ਰਾਂਟ ਦਾ ਕਰਨਾ ਆ। ਵੱਡੀ ਗੱਲ ਨੌਜਵਾਨ ਨੇ ਇਹ ਵੀ ਕਿਹਾ, ਕਹਿੰਦਾ ਕਿ ਮੈਂ ਪਿੰਡ ਦੀ ਭਲਾਈ ਦੇ ਲਈ ਕੁਛ ਨਾ ਕੁਛ ਕਰਨਾ ਚਾਹੁੰਦਾ ਆ। ਉਹ ਨੌਜਵਾਨ ਅੱਜ ਸਾਡੇ ਨਾਲ ਆ, ਉਹ ਵੀਡੀਓ ਹੀਰੋ ਕਲਾਂ ਦੇ ਸੋਨੀ ਦੀ ਸੀ। ਹੀਰੋ ਕਲਾਂ ਤੋਂ ਸੋਨੀ ਅੱਜ ਬਾਈ ਸਾਡੇ ਨਾਲ, ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰ ਲਈਏ ਫਿਰ ਅਗਲੀ ਗੱਲ ਵੱਲ ਵਧਾਂਗੇ। ਸੋਨੀ ਬਾਈ ਸਵਾਗਤ ਆ ਰਿਹਾ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਹਾਂਜੀ ਹਾਂਜੀ ਵਧੀਆ। ਅੱਛਾ, ਵੀਡੀਓ ਬਣਾਈ ਤੇ ਹਾਂਜੀ ਕਹਿੰਦੇ ਕਿ ਮੈਨੂੰ ਸਰਬਸੰਮਤੀ ਦੇ ਨਾਲ ਸਰਪੰਚ ਬਣਾ ਦਿਓ, ਕੀ ਲੋੜ ਪੈ ਗਈ? ਬਈ ਦੇਖੋ, ਮੈਂ ਨਾ ਹਰ ਸਾਲ ਇੱਕ ਮੇਰੇ ਜਗ੍ਹਾ ਪਿੰਡ ਆ ਗੁੱਗਾ ਜੀ ਦੀ, ਗੁੱਗਾ ਮਾੜੀ ਦੇ ਉੱਤੇ ਮੈਂ ਹਰ ਸਾਲ ਭੰਡਾਰਾ ਕਰਦਾ ਸਾਰੇ ਪਿੰਡ ਦੇ ਲਈ। ਅਤੇ ਉੱਥੇ ਜਦੋਂ ਇਸ ਵਾਰ ਭੰਡਾਰਾ ਕੀਤਾ ਤਾਂ ਉੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਤੈਨੂੰ ਸਰਪੰਚ ਬਣਾਉਣਾ ਹੈ। ਅਤੇ ਫਿਰ ਮੈਂ ਉਹਨਾਂ ਨਾਲ ਗੱਲ ਆਖੀ, ਮੈਂ ਪਿੰਡ ਦਾ ਵੈਸੇ ਕੋਈ ਬਹੁਤ ਫਾਇਦੇ ਕਰਦਾ ਵੀ, ਕੋਈ ਜ਼ਰੂਰੀ ਨਹੀਂ ਆਪਾਂ ਸਰਪੰਚ ਬਣ ਕੇ ਫਾਇਦੇ ਕਰਨੇ ਨੇ, ਵੀ ਮੈਂ ਪਹਿਲਾਂ ਵੀ ਫਾਇਦੇ ਕਰ ਰਿਹਾ ਪਿੰਡ 'ਤੇ, ਜਿੱਥੇ ਲੋੜ ਹੁੰਦੀ ਮੈਂ ਪੈਸੇ ਲਾ ਰਿਹਾ, ਲੰਗਰ ਲਾ ਰਿਹਾ, ਵੀ ਆਪਾਂ ਇੱਦਾਂ ਹੀ ਠੀਕ ਹਾਂ। ਜਦੋਂ ਬਾਈ ਉਹਨਾਂ ਵੱਲੋਂ ਜ਼ੋਰ ਪਾਇਆ ਗਿਆ ਮੈਂ ਕਦੇ ਕਿਸੇ ਦੀ ਗੱਲ ਨਹੀਂ ਮੋੜੀ। ਫਿਰ ਮੈਂ ਸੋਚਿਆ ਯਾਰ ਵੀ ਇਹ ਸਿਆਣੇ ਬੰਦੇ ਨੇ, ਹੈ ਨਾ, ਵੀ ਜਦੋਂ ਆਪਣੇ 'ਤੇ ਜ਼ੋਰ ਪਾ ਰਹੇ ਨੇ ਆਪਾਂ ਕਿਉਂ ਜਵਾਬ ਦੇਈਏ। ਠੀਕ ਹੈ ਜੀ, ਫਿਰ ਮੈਂ ਉੱਥੇ ਗੱਲ ਆਖੀ ਵੀ ਚਲੋ ਆਪਾਂ ਸਰਪੰਚ ਖੜੇ ਹੋ ਜਾਂਦੇ ਵੀ ਆਪਾਂ ਸਰਬਸੰਮਤੀ ਕਰੀਏ। ਫਿਰ ਸਾਡੀ ਸਲਾਹ ਹੋਈ ਵੀ ਇੱਦਾਂ ਸਰਬਸੰਮਤੀ ਨਹੀਂ ਹੋਣੀ, ਜੇ ਆਪਾਂ ਪਿੰਡ ਲਈ ਕੁਛ ਕਰੀਏ, ਜੇ ਪਿੰਡ ਦੇ ਲਈ ਆਪਾਂ ਪੈਸਾ ਲਾਈਏ, ਹੋ ਸਕਦਾ ਫਿਰ ਸਰਬਸੰਮਤੀ ਹੋ ਜੇ। ਇੱਕ ਸਰਬਸੰਮਤੀ ਕਰਨ ਦੇ ਲਈ ਬਾਈ ਮੈਂ 25 ਲੱਖ ਰੁਪਇਆ ਬੋਲਿਆ। ਮੈਨੂੰ ਲੱਗਿਆ ਵੀ ਜੇ ਆਪਾਂ ਪੈਸਿਆਂ ਤੋਂ ਬਿਨਾਂ ਆਖਾਂਗੇ ਸਰਬਸੰਮਤੀ ਉਹ ਕਿਸੇ ਨੇ ਕਰਨੀ ਨਹੀਂ, ਵੀ ਨਾਲੇ ਤਾਂ ਆਹ ਦਾਰੂ ਦੱਪਿਆਂ ਤੋਂ ਬਚ ਜਾਂਗੇ। ਠੀਕ ਹੈ ਜੀ, ਪਿੰਡ ਦੇ ਵਿੱਚ ਕਦੇ ਕੋਈ ਲੜਾ, ਅੱਜ ਤੱਕ ਸਾਡੇ ਪਿੰਡ ਦੇ ਵਿੱਚ ਧੜੇਬਾਜ਼ੀ ਨਹੀਂ ਹੋਈ ਬਈ, ਬਹੁਤ ਵਧੀਆ ਪਿੰਡ ਆ ਸਾਡਾ। ਜੇ ਕਦੇ ਵੋਟਾਂ ਹੁੰਦੀਆਂ ਵੀ ਨੇ ਤਾਂ ਚੁੱਪ ਚਾਪ ਜਿਹੜਾ ਕੋਈ ਉਮੀਦਵਾਰ ਹਾਰ ਜਾਂਦਾ ਆਪਣੇ ਘਰੇ ਵਗ ਜਾਂਦਾ, ਕਦੇ ਇਹ ਨਹੀਂ ਹੋਇਆ ਵੀ ਬੂਟਾਂ ਤੋਂ ਬਾਅਦ ਰਿਜ਼ਲਟ ਵਾਲੇ ਦਿਨ ਲੜਾਈ ਹੁੰਦੀ ਹੈ। ਇਹਨਾਂ ਚੀਜ਼ਾਂ ਤੋਂ ਪਿੰਡ ਨੂੰ ਦੂਰ ਰੱਖਣ ਦੇ ਲਈ, ਦਾਰੂਆਂ ਤੋਂ ਦੂਰ, ਸ਼ਰਾਬਾਂ ਤੋਂ ਦੂਰ ਰੱਖਣ ਦੇ ਲਈ ਮੈਂ ਸੋਚਿਆ ਵੀ ਆਪਾਂ ਪਿੰਡ ਦੇ ਲਈ ਇੱਕ ਪੈਸੇ ਅਨਾਊਂਸ ਕਰ ਦਿੰਦੇ ਹਾਂ ਵੀ ਪਿੰਡ 'ਤੇ ਪੈਸਾ ਲਾ ਦਿੰਦੇ ਹਾਂ ਆਪਾਂ। ਠੀਕ ਹੈ ਜੀ, ਵੀ ਆਪਣੇ ਪਿੰਡ 'ਤੇ ਸਰਬਸੰਮਤੀ ਹੋ ਜੂ। ਇੱਕ ਸਰਬਸੰਮਤੀ ਬਣਾਉਣ ਦੇ ਲਈ ਬਈ ਮੈਂ 25 ਲੱਖ ਬੋਲਿਆ, ਵੀ ਲੜਾਈ ਨਹੀਂ ਕਰਨੀ, ਵੋਟਾਂ ਨਹੀਂ ਆਪਾਂ ਕਰਾਉਣੀ, ਆਪਾਂ ਪਿੰਡ 'ਤੇ ਜਿੱਥੇ ਤੁਸੀਂ ਕਹੋਗੇ ਸਿਆਣੇ ਬੰਦੇ ਇਕੱਠੇ ਹੋ ਜਾਓ, ਵੀ ਜਿੱਥੇ ਜਿੱਥੇ ਪਿੰਡ ਦੇ ਲਈ ਲੋੜ ਹੈ, ਕਿਸੇ ਗਰੀਬ ਜਨਤਾ ਨੂੰ ਲੋੜ ਹੈ, ਜਾਂ ਜਿਵੇਂ ਆਪਣੇ ਕਿਸਾਨ ਭਾਈ ਹੁੰਦੇ ਨੇ ਮੰਡੀ ਦੇ ਵਿੱਚ ਕੁਛ ਪੈਸੇ ਲਾਉਣ, ਉਹਨਾਂ ਦੀ ਲੋੜ ਆਪਾਂ ਉੱਥੇ ਪੈਸੇ ਲਾ ਦਿੰਦੇ ਹਾਂ, 25 ਲੱਖ ਰੁਪਈਆ ਹਾਂ ਵੀ ਫਿਰ ਬੋਲ ਦਿੰਦੇ। ਅੱਛਾ, ਇੱਕ ਗੱਲ ਤੁਸੀਂ ਹੋਰ ਕਹੀ ਸੀ ਤੁਸੀਂ ਕਿ ਭਾਈ ਇਕੱਲੀ ਇਕੱਲੀ ਜਿਹੜੀ ਗ੍ਰਾਂਟ ਆ ਉਹ ਵੀ ਮੈਂ ਦੱਸਿਆ ਕਰੂੰ, ਵੀ ਉਹ ਗੱਲ ਨਹੀਂ ਹੋਊਗੀ ਵੀ ਕਿੰਨੀ ਗ੍ਰਾਂਟ ਕਿੱਥੇ ਆਈ ਕਿੰਨੀ, ਵੀ ਇਕੱਲੀ ਇਕੱਲੀ ਗ੍ਰਾਂਟ ਮੈਂ ਦੱਸ ਕੇ ਦੱਸਿਆ ਕਰੂੰ ਵੀ ਇੰਨੀ ਗ੍ਰਾਂਟ ਭਾਈ ਆਪਣੀ ਇਹ ਜਿਵੇਂ ਮਰਜ਼ੀ ਪੁੱਛ ਲੈ। ਉਹ ਭਾਈ ਦੱਸਣ ਦਾ ਕਾਰਨ ਕੀ ਸੀ, ਜਿੱਦਾਂ ਬਈ ਇੱਕ ਕਹਾਵਤ ਹੁੰਦੀ ਹੈ ਵੀ ਸਰਪੰਚ ਜੀ ਅੱਜ 25 ਲੱਖ ਲਾਉਂਦਾ ਹੈ ਇਹ ਪੈਸੇ ਕਮਾਉਣ ਦਾ ਮਾਰਾ ਲਾਉਂਦਾ ਹੈ। ਠੀਕ ਹੈ ਜੀ, ਮੈਂ ਸੋਚਿਆ ਵੀ ਮੈਂ ਪਿੰਡ ਦੇ ਜਿੰਨੇ ਮਰਜ਼ੀ ਕੰਮ ਕਰਦਾ ਵੀ ਐਂ ਨਹੀਂ ਪਤਾ 1-2 ਜਣੇ ਫੇਰ ਉੱਠ ਕੇ ਕਹਿ ਦੇਣ ਯਾਰ ਇਹਨੇ ਪੈਸੇ ਫੇਰ ਵੀ ਖਾਧੇ ਹੋਣਗੇ। ਇਸ ਕਰਕੇ ਮੈਂ ਇਹ ਗੱਲ ਦੀ ਸਹੁੰ ਖਾਧੀ ਵੀ ਮੈਂ ਕੰਮ ਤਾਂ ਕਰਨੇ ਕਰਨੇ, ਮੈਂ ਤੁਹਾਨੂੰ ਇਹ ਵੀ ਦੱਸੂੰਗਾ ਵੀ ਇੰਨੇ ਪੈਸੇ ਆਏ ਨੇ ਵੀ ਇੱਥੇ ਆਪਾਂ ਲਾਉਣੇ ਨੇ, ਵੀ ਕਦੇ ਵੀ ਜਦੋਂ 5 ਸਾਲ ਪੂਰੇ ਹੋਣ ਕੋਈ ਵੀ ਬੰਦਾ ਆਪਾਂ ਨੂੰ ਉੱਠ ਕੇ ਇਹ ਨਾ ਕਹਿ ਸਕੇ ਯਾਰ ਇਹਨੇ ਪੈਸੇ ਖਾਧੇ ਹੋਣਗੇ। ਵੀ ਆਪਾਂ ਇਕੱਲਾ ਇਕੱਲਾ ਹਿਸਾਬ 5 ਸਾਲਾਂ ਬਾਅਦ ਜਿੱਥੇ ਹੁਣ ਇਕੱਠੇ ਹੋਏ ਹਾਂ ਇੱਥੇ ਖੜੇ ਹੋ ਕੇ ਕਹਿਣਾ ਵੀ 1 ਕਰੋੜ ਰੁਪਇਆ ਆਇਆ ਸੀ ਇੱਥੇ ਇੱਥੇ ਲੱਗਿਆ, ਜੇ ਤੁਹਾਨੂੰ ਲੱਗਦਾ ਵੀ ਮੈਂ ਸਰਪੰਚ ਅਗਲੀ ਵਾਰ ਬਣਾ ਤਾਂ ਮੈਨੂੰ ਬਣਾ ਦਿਉ, ਜੇ ਮੈਂ ਕੁਛ ਨਹੀਂ ਕਰਿਆ ਤਾਂ ਮੈਨੂੰ ਬਿਠਾ ਦਿਉ। ਤਾਂ ਕਰਕੇ ਉਹ ਗੱਲ ਬੋਲੀ ਸੀ ਵੀ ਇਕੱਲੇ ਇਕੱਲੇ ਪੈਸੇ ਦਾ ਪਤਾ ਹੋਵੇ ਵੀ 1 ਆਏ ਸੀ 1 ਲੱਗ ਗਏ।
एक चीज़ होर आ बई ਇਹ ਹੁੰਦਾ ਨਾ ਵੀ ਜਦੋਂ ਕਈ ਵਾਰੀ ਕੁਰਸੀ ਮਿਲਣ ਤੋਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਪਹਿਲਾਂ ਬੰਦਾ ਨਹੀਂ ਭਰਮਾਉਂਦਾ ਹੁੰਦਾ ਵਾ ਵੀ ਆਪਾਂ 25 ਲੱਖ ਵੀ ਦੇ ਦੂੰ ਮੈਂ ਇਕੱਲੀ ਇਕੱਲੀ ਪੈਸਾ ਜਿਹੜਾ ਉਹ ਵੀ ਦੱਸ ਦੂੰ ਪਰ ਜਦੋਂ ਆ ਜਾਂਦੀ ਫਿਰ ਕਹਿੰਦੇ ਉਦੋਂ ਕਿ ਚਿੱਤ ਚੇਤੇ ਨਹੀਂ ਰਹਿੰਦਾ ਵਿੱਚ ਛੱਡ ਹੁਣ ਤਾਂ ਸਰਪੰਚ ਬਣ ਗਏ ਹਾਂਜੀ ਪਤਾ ਕੀ ਗੱਲ ਆ ਬਈ ਕੋਈ ਸਰਪੰਚ ਦੇ ਵਿੱਚ ਤੁਹਾਨੂੰ ਪਤਾ ਕੋਈ ਇੰਨਾ ਪੈਸਾ ਤਾਂ ਹੁੰਦਾ ਨਹੀਂ ਖਾਣ ਨੂੰ ਹਨਾ ਜੀ ਜਿਹੜੀਆਂ ਹੁਣ ਸਰਕਾਰਾਂ ਨਾ ਹੀ ਉਹ ਪੈਸਾ ਖਾਣ ਦੇਣ ਪਹਿਲਾਂ ਘਾਪਲੇ ਹੁੰਦੇ ਤੇ ਚੱਲੇ ਜਾਂਦੇ ਸੀ ਪਰ ਮੈਨੂੰ ਤਾਂ ਹੁਣ ਤਾਂ ਜੇ ਕੋਈ MLA ਪੈਸੇ ਖਾ ਜਾਂਦਾ ਹੈ ਜਾਂ ਕੋਈ ਹੋਰ ਖਾ ਜਾਂਦਾ ਦੇਖੋ ਉਹਦੇ ਨਾਲ ਕੀ ਹਾਲ ਹੁੰਦਾ ਹੈ ਠੀਕ ਹੈ ਜੀ ਆਪਾਂ ਇੱਕ ਹੋਰ ਛੋਟੇ ਲੈਵਲ ਦੇ ਸਰਪੰਚ ਹੋਵਾਂਗੇ ਵੱਡੇ ਨਹੀਂ ਬਖਸ਼ੇ ਗਏ ਆਪਾਂ ਤਾਂ ਕਿੱਥੋਂ ਬਖਸ਼ੇ ਜਾਵਾਂਗੇ ਠੀਕ ਹੈ ਜੀ ਉਹਦੇ ਵਿੱਚ ਵੀ ਆਪਾਂ ਪੈਸੇ ਨਹੀਂ ਖਾ 25 ਲੱਖ ਤਾਂ ਆਪਾਂ ਪਹਿਲਾਂ ਹੀ ਲਾ ਰਹੇ ਹਾਂ ਠੀਕ ਹੈ ਜੀ 25 ਲੱਖ ਲਾ ਕੇ ਜੇ 15 ਲੱਖ ਆਵਾਂ ਫਿਰ ਅੰਦਰ ਜਾਵਾਂਗੇ ਬੇਇੱਜ਼ਤੀ ਕਰਾਉਣ ਦੇ ਨਾਲੋਂ ਪਿੰਡ ਦੀ ਸੇਵਾ ਕਰੀਏ ਦੇਖੋ ਖਾਂਦਾ ਕੌਣ ਹੁੰਦਾ ਬਾਈ ਜੋ 1-2 ਕਿੱਲੇ ਵੇਚ ਦਿੰਦਾ ਹੈ ਘਰ 'ਤੇ ਪਹਿਲਾਂ ਹੀ ਜ਼ਮੀਨ ਵਿਕ ਜਾਂਦੀ ਹੈ ਫਿਰ ਉਹਨੂੰ ਹੁੰਦਾ ਯਾਰ ਮੇਰੀ ਜ਼ਮੀਨ ਵਿਕੀ ਮੈਂ ਕੁਛ ਬਣਾਵਾਂ ਵੀ ਆਪਣਾ ਕੰਮ ਸੋਹਣਾ ਚੱਲਦਾ ਹੈ ਮੇਰਾ ਇਮੀਗ੍ਰੇਸ਼ਨ ਦਾ ਕੰਮ ਹੈ ਵਧੀਆ ਵੀਜ਼ੇ ਆਉਂਦੇ ਟਾਈਮ ਪਾਸ ਪਿੰਡ ਦੇ ਵਿੱਚ ਹੋਈ ਜਾਂਦਾ ਹੈ ਕਿਉਂਕਿ ਮੈਂ ਸੋਚਿਆ ਜੇ 1 ਸਾਲ ਦੀ ਕਮਾਈ ਇੱਧਰ ਲਾ ਦਾਂਗੇ ਤਾਂ ਸਾਰੀ ਉਮਰ ਹੀ ਪਈ ਹੈ ਕਮਾਉਣ ਨੂੰ ਪਿੰਡ ਦਾ ਨਾਮ ਰੋਸ਼ਨ ਹੋਊਗਾ ਪਿੰਡ ਦੇ ਵਿੱਚ ਮੇਰਾ ਨਾਮ ਰੋਸ਼ਨ ਹੋਊ ਦੂਜੀ ਮੇਰੀ ਵੱਡੀ ਗੱਲ ਸਰਪੰਚ ਉੱਠਣ ਦੀ ਬਾਈ ਦੇਖੋ ਕਿਸੇ ਬੰਦੇ ਨੇ ਆਉਣਾ ਅੱਜ ਦੇ ਟਾਈਮ 'ਤੇ ਜਿਹੜੀ ਮੇਰੀ ਲਾਈਨ ਹੈ ਇਮੀਗ੍ਰੇਸ਼ਨ ਉਹ ਤਾਂ ਕੋਈ ਯਕੀਨ ਨਹੀਂ ਕਰਦਾ ਜਿਹੜੀ ਸੱਚਾਈ ਹੈ ਸਭ ਤੋਂ ਬਦਨਾਮ ਜਿਹੜੀ ਲਾਈਨ ਹੈ ਉਹ ਏਜੰਟਾਂ ਦੀ ਹੈ ਠੀਕ ਹੈ ਜੀ ਲੋਕਾਂ ਨੂੰ ਲੱਗੇ ਮੈਨੂੰ ਅੱਜ ਕਿਸੇ ਨੇ 30 ਲੱਖ ਦੇਣਾ ਉਹ 100 ਵਾਰੀ ਸੋਚੂ ਯਾਰ ਇਹ ਵਗ ਨਾ ਜਾਵੇ ਇਹ ਪਿੰਡ ਨਾ ਛੱਡ ਜੇ ਜੇ ਮੈਂ ਸਰਪੰਚ ਬਣੂੰਗਾ ਉਹ ਮੈਨੂੰ ਭੱਜ ਕੇ ਪੈਸੇ ਦੇਊਗਾ ਵੀ ਯਾਰ ਇਹਨੇ ਕਿੱਥੇ ਜਾਣਾ ਪਿੰਡ ਦੇ ਲੋਕਾਂ ਨੇ ਇਹਨਾਂ 'ਤੇ ਵਿਸ਼ਵਾਸ ਕਰਿਆ ਸਰਪੰਚ ਹੈ ਜਦੋਂ ਮੈਂ ਰਹਿਣੀ ਪਿੰਡ ਦੇ ਵਿੱਚ ਆ ਬਾਈ ਪਿੰਡ ਦੀ ਸੇਵਾ ਕਰਨੀ ਹੈ ਫਿਰ ਆਪਾਂ ਕਿਉਂ ਨਾ ਸਰਪੰਚੀ ਲੈ ਕੇ ਸਰਕਾਰ ਤੋਂ ਗ੍ਰਾਂਟ ਵੀ ਲਈਏ ਅਤੇ ਆਪ ਵੀ ਸੇਵਾ ਕਰੀਏ ਪਿੰਡ ਦਾ ਨਾਮ ਰੋਸ਼ਨ ਕਰੀਏ ਅਤੇ ਮੈਂ ਆਪਦਾ ਨਾਮ ਬਣਾਵਾਂ ਹਰ ਇੱਕ ਬੰਦੇ ਨੂੰ ਹੁੰਦਾ ਬਾਈ ਜਿਹੜਾ ਕੋਈ ਚੰਗੇ ਕੰਮ ਕਰਦਾ ਹੈ ਠੀਕ ਹੈ ਹੁਣ ਭਗਵੰਤ ਮਾਨ ਜੀ ਜਿੱਤੇ ਨੇ ਜੇ ਲੋਕਾਂ ਨੂੰ ਲੱਗਿਆ ਉਹਨੇ ਪਹਿਲਾਂ ਕੰਮ ਹੀ ਇੱਦਾਂ ਦੇ ਕੀਤੇ ਨੇ ਭਾਸ ਨਹੀਂ ਇੱਦਾਂ ਦੇ ਦਿੱਤੇ ਨੇ ਲੋਕਾਂ ਨੂੰ ਲੱਗਿਆ ਯਾਰ ਵੀ ਇਹ ਕੰਮ ਕਰੂਗਾ ਜੇ ਪਿਛਲੀਆਂ ਸਰਕਾਰਾਂ ਕੰਮ ਕਰਦੀਆਂ ਤਾਂ ਨਵੀਂ ਸਰਕਾਰ ਆਉਣ ਦੀ ਕੀ ਲੋੜ ਪੈਣੀ ਤੀ ਠੀਕ ਹੈ ਜੀ ਜੇ ਆਪਾਂ ਨੂੰ ਲੱਗਿਆ ਵੀ ਉਹ ਕੰਮ ਕਰ ਤਾਂ ਲੋਕਾਂ ਨੇ ਦੇਖੋ ਕਿੱਡੇ ਕਿੱਡੇ ਥੰਮ ਹਿਲਾਏ ਨੇ ਠੀਕ ਹੈ ਜੀ ਉਹ ਜਿਤਾਏ ਨੇ ਜੇ ਮੈਂ ਚੰਗੇ ਕੰਮ ਪਿੰਡ ਦੇ ਲਈ ਕਰੂੰਗਾ ਤਾਂ ਮੈਂ ਅਗਲੀ ਵਾਰ ਜਿੱਤ ਜੂੰਗਾ ਮੇਰੀ ਪਿੰਡ 'ਚ ਇੱਜ਼ਤ ਹੋਊਗੀ ਨਹੀਂ ਬਦਨਾਮੀ ਤਾਂ ਫਿਰ ਹੁੰਦੀ ਹੈ ਜਿਵੇਂ ਤੁਸੀਂ ਕਿਹਾ ਇਮੀਗ੍ਰੇਸ਼ਨ ਫਿਰ ਕੀ ਲੋੜ ਪੈ ਗਈ ਕੰਮ ਟਮਟਮਾ ਚੰਗਾ ਚੱਲੀ ਜਾਂਦਾ ਅਤੇ ਇਮੀਗ੍ਰੇਸ਼ਨ ਦਾ ਕੰਮ ਚੰਗਾ ਫਿਰ ਕੀ ਲੋੜ ਪੈ ਗਈ ਇੱਧਰਲੇ ਪਾਸੇ ਪੰਗਾ ਲੈਣ ਦੀ ਬਈ ਦੇਖੋ ਤੁਹਾਡੀ ਗੱਲ ਸਹੀ ਹੈ ਇਹ ਮੈਨੂੰ ਹਰ ਇੱਕ ਕੋਈ ਮੈਨੂੰ ਰਿਸ਼ਤੇਦਾਰ ਵੀ ਇਹੀ ਸਲਾਹ ਦੇ ਰਹੇ ਨੇ ਯਾਰ ਦੋਸਤ ਵੀ ਇਹੀ ਸਲਾਹ ਦੇ ਰਹੇ ਨੇ ਵੀ ਜਰਾ ਆਪਾਂ ਆਪਣਾ ਕੰਮ ਘੱਟ ਕਰਾਂਗੇ ਇਹ ਚੀਜ਼ ਨਾਲ ਠੀਕ ਹੈ ਜੀ ਆਪਣਾ ਕੰਮ ਖੜ ਜੂਗਾ ਆਪਾਂ ਤੋਂ ਧਿਆਨ ਨਹੀਂ ਦਿੱਤਾ ਜਾਣਾ ਗੱਲ ਵੀ ਹੈਗੀ ਵੀ ਸੱਚਾਈ ਹੈ ਇਹ ਮੈਂ ਇੱਥੋਂ ਓਨਾ ਧਿਆਨ ਦਿੱਤਾ ਨਹੀਂ ਜਾਣਾ ਜਿੰਨਾ ਮੈਂ ਪਹਿਲਾਂ ਆਪਣੇ ਕੰਮ 'ਤੇ ਤਿਆਂ ਕਿਉਂਕਿ ਪਿੰਡ ਦੇ ਵਿੱਚੋਂ ਹਰ ਇੱਕ ਕੋਈ ਆਉਣਾ ਸਵੇਰੇ ਕਿਸੇ ਦਾ ਕੰਮ ਕਿਸੇ ਨਾਲ ਜਾਣਾ ਉਹ ਜਾਣਾ ਪਊਗਾ ਠੀਕ ਹੈ ਉੱਧਰ ਧਿਆਨ ਘੱਟੂਗਾ ਪਰ ਮੈਂ ਸੋਚਿਆ ਯਾਰ ਵੀ ਇਕੱਲਾ ਜੇ ਪੈਸੇ ਕਿਉਂ ਨਹੀਂ ਭੱਜਾਂਗੇ ਹੈ ਨਾ ਐਸ ਪ੍ਰਸਤੀ ਕਿਉਂ ਨਹੀਂ ਭੱਜਾਂਗੇ ਜੇ ਪਿੰਡ 'ਚ ਇੱਜ਼ਤ ਹੀ ਨਹੀਂ ਪਿੰਡ 'ਚ ਆਪਾਂ ਨੂੰ ਕੋਈ ਜਾਣਦੇ ਨਹੀਂ ਆਪਾਂ ਚੰਗੇ ਕੰਮ ਕਰਾਂਗੇ ਨਹੀਂ ਫਿਰ ਪੈਸੇ ਤੋਂ ਬਾਈ ਕੀ ਕਰਨਾ ਮੈਂ ਸੋਚਿਆ ਪੈਸੇ ਦੇ ਨਾਲ ਨਾਲ ਆਪਾਂ ਪਿੰਡ ਦਾ ਇੱਕ ਨਾਮ ਬਣਾਈਏ ਪਿੰਡ ਦੀ ਇੱਜ਼ਤ ਬਣਾਈਏ ਵੱਡੀ ਗੱਲ ਬਾਕੀ ਬਾਈ ਪਿੰਡ ਦੇ ਵਿੱਚ ਮੇਰੇ ਹੋਰ ਵੀ ਬਹੁਤ ਵੱਡੇ ਵੱਡੇ ਲੋਕ ਬੈਠੇ ਨੇ ਜਿਨ੍ਹਾਂ ਦਾ ਬਹੁਤ ਪੈਸਾ ਹੈ ਮੈਂ ਉਹਨਾਂ ਦੇ ਮੁਕਾਬਲੇ ਵੀ ਨਹੀਂ ਇਹ ਨਹੀਂ ਹੈ ਪਿੰਡ ਦੇ ਵਿੱਚ ਮੈਂ ਹੀ ਕੋਈ ਤਕੜਾ ਮੇਰੇ ਪਿੰਡ ਦੇ ਵਿੱਚ ਬਹੁਤ ਵੱਡੇ ਵੱਡੇ ਜ਼ਮੀਨ ਵਾਲੇ ਬੈਠੇ ਨੇ ਜੋ ਤਕੜੇ ਨੇ ਕੋਈ ਇਹ ਗੱਲ ਨਹੀਂ ਕਰੀ ਵੀ ਮੈਂ 25 ਲੱਖ ਪੈਸੇ ਉਹ ਵੀ ਲਾ ਸਕਦੇ ਨੇ ਉਹਨਾਂ ਦਾ ਇਰਾਦਾ ਨਹੀਂ ਉਹਨਾਂ ਨੇ ਇਹ ਲਾਈਨ ਦੇ ਵਿੱਚ ਨਹੀਂ ਆਉਣਾ ਇਹ ਗੱਲ ਨਹੀਂ ਹੈਗੀ ਅੱਜ ਮੇਰੇ ਲਈ 25 ਲੱਖ ਹੈ ਮੈਂ ਹੀ ਪੈਸੇ ਲਾ ਰਿਹਾ ਚਲੋ ਮੇਰੀ ਸੋਚ ਤੀ ਇੱਧਰ ਆਉਣ ਦੀ ਮੈਂ ਤਾਂ ਲਾਤਾ ਲੋਕ ਹੋਰ ਵੀ ਪੈਸਾ ਲਾ ਸਕਦੇ ਨੇ ਕੋਈ ਪੈਸੇ ਦੀ ਵੱਡੀ ਗੱਲ ਨਹੀਂ ਮੈਂ ਲੋਕਾਂ ਦੇ ਕੰਮ ਕਰਦਾ ਬਾਈ ਗਰੀਬ ਜਨਤਾ ਜਿਹੜੀ ਬਾਈ ਉਹ ਜਦੋਂ ਮੇਰੇ ਕੋਲ ਆਉਂਦੇ ਨੇ ਪੈਸੇ ਮੰਗਣ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਠੀਕ ਹੈ ਮੇਰੇ ਪਿੰਡ ਦੇ ਵਿੱਚੋਂ ਵਾਧੂ ਕੁੜੀਆਂ ਦੇ ਵਿਆਹ ਕੀਤੇ ਨੇ ਵਾਧੂ ਜਿਨ੍ਹਾਂ ਦੀ ਬਿਮਾਰ ਹੁੰਦੇ ਨੇ ਉਹਨਾਂ ਨੂੰ ਪੈਸੇ ਦਿੱਤੇ ਨੇ ਬਹੁਤ ਲੋਕਾਂ ਦੀ ਬਾਈ ਮੈਂ ਹੈਲਪ ਕੀਤੀ 3-4 ਸਾਲ ਹੋ ਗਏ ਮੈਨੂੰ ਹੈਲਪ ਕਰਦੇ ਨੂੰ ਮੇਰੇ ਪਿੰਡ ਦੇ 2-3 ਥਾਂ ਵਾਟਰ ਕੂਲਰ ਵੀ ਲਵਾਏ ਨੇ ਆਰ ਓ ਵੀ ਲਵਾਏ ਨੇ ਭੰਡਾਰੇ ਵੀ ਮੈਂ ਕਰਦਾ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਇਹ ਗੱਲ ਹੋਰ ਹੁੰਦੀ ਬੰਦਾ 4 ਕੰਮ ਕਰਨ ਲੱਗ ਜੇ ਨਾ ਪਿੰਡ 'ਚ ਅਗਲਾ ਕਹਿੰਦਾ ਹੁੰਦਾ ਵੀ ਤਾਂ ਅਗਲੀ ਸਰਪੰਚ ਖੜਾ ਹੋਊ ਤਾਂ ਹੀ ਕਰਦਾ ਇਹ ਵੀ ਗੱਲਾਂ ਹੁੰਦੀਆਂ ਹੋਣਗੀਆਂ ਵੀ ਇਹਨੇ ਸਰਪੰਚ ਖੜਾ ਹੋਣਾ ਸੀ ਹੋ ਗਿਆ ਬਸ ਜਦੋਂ ਬਈ ਮੈਂ ਕੰਮ ਕਰਦਾ ਸੀ ਨਾ ਉਦੋਂ ਨਾ ਹੀ ਤਾਂ ਲੋਕਾਂ ਨੂੰ ਪਤਾ ਸੀ ਵੀ ਇਹ ਸਰਪੰਚੀ ਦਾ ਮਾਰਾ ਕੰਮ ਕਰਦਾ ਨਾ ਹੀ ਮੈਂ ਕਦੇ ਇਹ ਗੱਲ 'ਚ ਆਇਆ ਸੀ ਨਾ ਹੀ ਮੇਰੇ ਮਨ 'ਚ ਇਹ ਗੱਲ ਤੀ ਇਹ ਸੱਚਾਈ ਹੈ ਮੈਨੂੰ ਮੈਂ ਇਹ ਚੀਜ਼ 'ਤੇ ਕਹਿ ਕੇ ਲੋਕਾਂ ਦੇ ਪੈਸੇ ਨਹੀਂ ਲਾਉਂਦੀ ਮੈਂ ਸਰਪੰਚ ਬਣਨਾ ਕਿਉਂਕਿ ਪੈਸਾ ਜੇ ਤਾਂ ਮੈਂ ਸਰਪੰਚੀ ਕਰਕੇ ਲਾਉਣਾ ਹੁੰਦਾ ਫਿਰ ਤਾਂ ਹੁਣ ਲਾਉਂਦਾ ਮੈਂ ਪੈਸਾ 3 ਸਾਲ ਪਹਿਲਾਂ ਦਾ ਲਾ ਰਿਹਾ 3-4 ਸਾਲ ਪਹਿਲਾਂ ਤਾਂ ਮੈਂ ਲੋਕਾਂ ਨੂੰ ਪੈਸੇ ਵੀ ਦੇ ਰਿਹਾ ਲੋਕਾਂ 'ਤੇ ਪੈਸੇ ਵੀ ਲਾ ਰਿਹਾ ਜੇ ਕੋਈ ਆਉਂਦਾ ਹਰੇਕ ਦੀ ਹੈਲਪ ਵੀ ਕਰ ਰਿਹਾ ਇਹ ਤਾਂ 3-4 ਸਾਲ ਹੋ ਗਏ ਗੱਲ ਚੱਲਦੀ ਨੂੰ ਜੇ ਕੋਈ ਜਿਹੜਾ ਕੋਈ ਬੰਦਾ ਸਰਪੰਚ 'ਚ ਆਉਣਾ ਹੁੰਦਾ ਜਾਂ ਕੋਈ ਵੀ ਕੰਮ ਕਰ ਉਹ ਟਾਈਮ 'ਤੇ ਕੰਮ ਕਰਦਾ ਹੁੰਦਾ ਹੈ ਕਿਉਂਕਿ ਇਦੋਂ ਪਹਿਲਾਂ ਪੈਸੇ ਦੇ ਕੇ ਰਿਸਕ ਲੈਣਾ ਬਹੁਤ ਔਖਾ ਬਾਈ ਹੈ 10 ਰੁਪਏ ਲਾਉਣੇ ਔਖੇ ਹੋ ਜਾਂਦੇ ਨੇ ਮੈਂ 1 ਲੱਖ ਰੁਪਏ ਪਿੰਡ 'ਤੇ ਲਾਈ ਖੜਾ ਕੀ ਸੋਚ ਆ ਪਿੰਡ ਪ੍ਰਤੀ ਜਿਵੇਂ ਤੁਸੀਂ ਉਹ ਵੀਡੀਓ 'ਚ ਵੀ ਕਹਿ ਰਹੇ ਹੋ ਕਿ ਯਾਰ ਮੈਂ ਵੱਖਰਾ ਕੁਛ ਕਰਨਾ ਵੀ ਲੋਕ ਕਿਹਾ ਕਰਨਗੇ ਯਾਰ ਹਾਂ ਉਹ ਪਿੰਡ
ਜੋ ਗਰੀਬ ਹੁੰਦੇ ਨੇ ਬਈ ਅੱਜ ਤੱਕ ਤੁਸੀਂ ਇਹ ਦੇਖੋ ਵੀ ਦਵਾਈਆਂ ਕਿੰਨੀਆਂ ਮਹਿੰਗੀਆਂ ਨੇ, ਇਲਾਜ ਕਰਾਉਣੇ ਕਿੰਨੇ ਮਹਿੰਗੇ ਨੇ, ਚਲੋ ਵੱਡੀ ਬਿਮਾਰੀ 'ਚ ਜਾਣਾ ਪਊ ਵੀ ਲੋਕਲ ਜਿਹੜੇ ਛੋਟੀਆਂ ਮੋਟੀਆਂ ਬਿਮਾਰੀਆਂ ਉਹਨਾਂ ਚੀਜ਼ਾਂ ਖਾਤਰ ਮੇਰੀਆਂ ਬਜ਼ੁਰਗ ਮਾਵਾਂ ਨੂੰ ਜਾਂ ਭੈਣਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ, ਮੇਰੇ ਪਿੰਡ ਦੇ ਵਿੱਚ ਡਿਸਪੈਂਸਰੀ ਹੋਵੇ। ਦੂਜੀ ਵੱਡੀ ਗੱਲ ਵੀ ਜਿੱਦਾਂ ਮੇਰਾ ਪਿੰਡ ਇੰਨਾ ਵੱਡਾ ਪਿੰਡ ਹੈ, 3500-4000 ਵੋਟ ਹੈ, ਠੀਕ ਹੈ, ਗ੍ਰੈਡ ਵੱਡੇ ਵੱਡੇ ਸਕੂਲ ਮੇਰੇ ਪਿੰਡ ਦੇ ਵਿੱਚ ਹੈਗੇ ਨੇ, ਪਰ ਪਲੱਸ ਟੂ ਤੱਕ ਦਾ ਸਕੂਲ ਨਹੀਂ, ਕੁੜੀਆਂ ਨੂੰ ਬਾਹਰੇ ਜਾਣਾ ਪੈਂਦਾ ਹੈ, ਠੀਕ ਹੈ। ਮੈਂ ਚਾਹੁੰਦਾ ਵੀ ਪਲੱਸ ਟੂ ਤੱਕ ਮੇਰੇ ਸਕੂਲ ਦੇ ਵਿੱਚ ਪਿੰਡ 'ਚ ਸਕੂਲ ਹੋਵੇ, ਅਤੇ ਮੈਂ ਐਲਸ ਕਰਾਉਣਾ ਵੀ ਐਲਸ ਮੈਂ ਪਿੰਡ ਦੀਆਂ ਕੁੜੀਆਂ ਖਾਤਰ ਬੋਲਿਆ ਹੋਇਆ ਵੀ ਜਦੋਂ ਮੈਂ ਜਿੱਤ ਜਾਊਂਗਾ ਮੈਂ ਪਿੰਡ ਦੀਆਂ ਕੁੜੀਆਂ ਨੂੰ ਐਲਸ ਫਰੀ ਕਰਾਊਂਗਾ, ਕਿਉਂਕਿ ਮੇਰਾ ਸੈਂਟਰ ਪਹਿਲਾਂ ਹੀ ਖੁੱਲਿਆ ਹੋਇਆ, ਜੇ ਮੈਂ ਉਹਨਾਂ ਖਾਤਰ ਦੋ ਟੀਚਰ ਰੱਖ ਜਾਊਂਗਾ ਕੋਈ ਵੱਡੀ ਗੱਲ ਨਹੀਂ, ਜਿੱਤ ਤਾਂ ਬਿਨਾਂ ਹੀ ਕਰਾ ਸਕਦਾ। ਹਾਂ ਪਹਿਲਾਂ ਵੀ ਕਰਾ ਰਿਹਾ ਬਈ ਮੈਂ, ਪਹਿਲਾਂ ਵੀ ਕਰਵਾ ਰਿਹਾ, ਜਿਵੇਂ ਹੁਣ ਤਲਵੰਡੀ ਸੈਂਟਰ, ਇੱਥੇ ਕੋਈ ਗਰੀਬ ਕੁੜੀ ਆਉਂਦੀ, ਮੈਂ ਕਦੇ ਫੀਸ ਨਹੀਂ ਮੰਗੀ, ਮੇਰੇ ਪਿੰਡ ਦੇ ਵਿੱਚ ਕੁੜੀਆਂ ਪੜ੍ਹੀਆਂ ਨੇ ਪਹਿਲਾਂ, ਲੋਕ ਗਵਾਹ ਨੇ, ਉਹ ਕੁੜੀਆਂ ਜੇ ਕੋਈ ਮੈਨੂੰ ਕਹਿੰਦਾ ਯਾਰ ਅੱਜ ਪੈਸੇ ਘੱਟ ਨੇ, ਮੈਂ ਕਹਿੰਦਾ ਕੋਈ ਚੱਕਰ ਨਹੀਂ, ਪਿੰਡ ਦੇ ਵਿੱਚ ਵੀ ਫਰੀ ਪੜ੍ਹਾਈਆਂ ਨੇ ਕੁੜੀਆਂ, ਕੋਈ ਇੱਦਾਂ ਦੀ ਗੱਲ ਨਹੀਂ। ਅੱਛਾ ਇੱਕ ਚੀਜ਼ ਹੋਰ ਆ, ਨਵੀਂ ਜੀ ਉਮਰ ਦਾ ਮੁੰਡਾ ਉੱਠਿਆ ਤੇ ਫਿਰ ਪਿੰਡ ਦੇ ਵਿੱਚ ਤਾਂ ਗੱਲਾਂ ਹੋਣ ਲੱਗਣ ਵੀ ਯਾਰ ਇਹਨੂੰ ਸ਼ਲਾਰੂ ਜੀ ਨੂੰ ਕਿੱਥੇ ਬੋਲਣਾ, ਅਕਸਰ ਇਹੀ ਕਹਿੰਦੇ ਨੇ ਸ਼ਲਾਰੂ ਜੀ ਨੂੰ ਕਿੱਥੇ ਬੋਲਣਾ, ਪੈ ਜੂ ਬੋਰਡ ਫਿਰ। ਦੇਖੋ ਬੋਰਡ ਦੀ ਉਮੀਦ ਬਹੁਤ ਹੈ ਬਾਈ ਮੈਨੂੰ, ਕਿਉਂਕਿ ਹਰ ਵੱਲੋਂ ਮੈਨੂੰ ਜਿੰਨੇ ਵੀ ਬਾਈ ਮੇਰੇ ਵਾਰਡ ਨੇ ਸਾਰਿਆਂ ਦੇ ਫੋਨ ਆ ਰਹੇ ਨੇ ਬਾਈ ਆਪਾਂ ਤੈਨੂੰ ਇੱਥੇ ਸਨਮਾਨਿਤ ਕਰਨਾ, ਇੱਥੇ ਮੈਂ ਹਜੇ ਥੋੜ੍ਹਾ ਜਿਹਾ ਰੁਕ ਰਿਹਾ ਵੀ ਯਾਰ ਟਾਈਮ ਬਹੁਤ ਪਿਆ, ਇੱਕ ਵਾਰੀ ਡੇਟ ਆ ਜਾਂਦੋ, ਬਹੁਤ ਹੰਗਾਰਾ ਬਾਈ ਮੇਰੇ, ਮੈਨੂੰ ਬਹੁਤ ਵੱਡਾ ਮਾਣ ਹੈ ਬਾਈ ਜਿਹੜੇ ਮੇਰੇ ਪਿੰਡ ਦੀ ਗਰੀਬ ਜਨਤਾ ਐਸ ਸੀ ਪਰਿਵਾਰ ਨੇ ਉਹ ਇੰਨਾ ਕੁ ਜ਼ਿਆਦਾ ਹੌਂਸਲਾ ਦੇ ਰਹੇ ਨੇ ਬਾਈ ਮੈਨੂੰ ਵੀ ਤੂੰ ਖੜਾ ਹੋ, ਸਾਡੀ ਇੱਕ ਵੀ ਵੋਟ ਪਰਾਂ ਨਹੀਂ ਜਾਂਦੀ, ਕਿਉਂਕਿ ਉਹਨਾਂ ਨੂੰ ਮਾਣ ਹੈ ਮੇਰੇ 'ਤੇ, ਮੈਂ ਉਹਨੂੰ ਕਦੇ ਖਾਲੀ ਨਹੀਂ ਮੁੜਿਆ, ਕਦੇ ਇਹ ਨਹੀਂ ਸਮਝਿਆ ਵੀ ਯਾਰ ਤਾਂ ਊਈ ਨੇ ਜਾਂ ਨਹੀਂ ਤਾਂ ਗਰੀਬ ਨੇ, ਇਹਨਾਂ ਨੂੰ ਆਪਾਂ ਕੀ ਕਹਦੇ ਹੱਥ ਬੁਲਾਉਣਾ, ਇਹ ਚੀਜ਼ ਨਹੀਂ ਸਮਝੀ। ਮੈਂ ਬਰਾਬਰ ਆਪਦੇ ਲੱਖਿਆ ਜੇ ਮੈਂ ਇੱਥੇ ਬਹਿ ਕੇ ਰੋਟੀ ਖਾਣਾ ਤਾਂ ਮੇਰੇ ਨਾਲ ਬਹਿ ਕੇ ਰੋਟੀ ਖਾਂਦੇ ਰਹੇ ਨੇ, ਕਿਉਂ ਉਹ ਮੁੰਡਿਆਂ ਨੂੰ ਪਤਾ ਹੈ, ਉਹਨਾਂ ਨੂੰ ਪਤਾ ਜਿਹਨਾਂ ਵਿੱਚ ਰਿਹਾ। ਇਹ ਵੀ ਗੱਲ ਆ ਵੀ ਨਵੇਂ ਦਾ ਯੁੱਗ ਵੀ ਆਉਣਾ ਚਾਹੀਦਾ, ਹਰੇਕ ਵਾਰੀ ਕੋਈ ਵੱਡੀ ਉਮਰ ਦੇ ਹੀ ਬਣੇ। ਹਾਂ, ਕਿਉਂ ਸਾਡਾ ਵੀ ਦਿਲ ਕਰਦਾ ਬਾਈ ਪਿੰਡ ਦੀ ਸੇਵਾ ਕਰੀਏ, ਕਿਉਂਕਿ ਜੇ ਅਸੀਂ ਉੱਠਾਂਗੇ ਸਾਰੇ ਮੇਰੇ ਨਾਲ ਹੋਰ ਰੀਸਣਾ ਮੇਰੇ ਪਿੰਡ ਦੇ ਮੁੰਡੇ ਉੱਠਾਂਗੇ, ਸੇਵਾ ਕਰਾਂਗੇ, ਨਸ਼ਿਆਂ ਤੋਂ ਦੂਰ ਹੋਵਾਂਗੇ। ਤੁਸੀਂ ਇਹ ਲਾ ਲਓ ਬਾਈ ਮੇਰੇ 'ਤੇ ਲਾ ਲਓ, ਮੈਂ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ ਬਾਈ, ਮੇਰੇ ਪਿੰਡ ਨੂੰ ਵੀ ਪਤਾ ਹੈ, ਠੀਕ ਹੈ, ਮੇਰੇ ਸਿਰ 'ਤੇ ਮੇਰੇ ਡੈਡੀ ਜੀ ਨਹੀਂ ਹੈਗੇ ਤੀ, ਮੇਰੀ ਮਾਤਾ ਨਹੀਂ, ਮੇਰੇ ਛੋਟੇ ਹੁੰਦੇ ਡੈਡੀ ਦੀ ਡੈਥ ਹੋ ਗਈ ਤੀ। ਦੇਖੋ ਮਾਂ ਪਿਓ ਹੁੰਦੇ ਜਵਾਕ ਵਿਗੜ ਜਾਂਦੇ ਨੇ, ਸਟਾਰਟਿੰਗ ਤੋਂ ਮੈਂ ਮੇਰੇ ਘਰ ਦੀ ਮੈਂ ਇੱਕ ਵੇਲਦਾਰੀ ਸਾਂਭਿਆ, ਮੈਂ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ, ਮੇਰੇ ਪਿੰਡ ਨੂੰ ਵੀ ਪਤਾ ਹੈ, ਠੀਕ ਹੈ, ਮੈਂ ਸਰਪੰਚ ਬਣੂੰਗਾ। ਕਿੰਨੇ ਮੁੰਡਿਆਂ ਨੂੰ ਹੰਗਾਰਾ ਬਣੂ ਯਾਰ ਵੀ ਉਹ ਸਰਪੰਚ ਬਣ ਗਿਆ, ਕਿ ਨਸ਼ੇ ਵਾਲਾ ਬੰਦਾ ਕੋਈ ਸਰਪੰਚ ਬਣ ਜੂਗਾ? ਤੁਸੀਂ ਇਹ ਦੇਖੋ ਹੋਰ ਮੁੰਡਿਆਂ ਨੂੰ ਵੀ ਨਾਲ ਲਿਆ ਕੇ, ਪਹਿਲੀ ਮੇਰਾ ਪਿੰਡ ਤਾਂ ਵੈਸੇ ਨਸ਼ਿਆਂ ਤੋਂ ਦੂਰ ਹੈ, ਕੋਈ ਡਰਿੰਕ ਵਗੈਰਾ ਕਰ ਲੈਂਦਾ ਵੱਖਰੀ ਗੱਲ ਹੈ, ਪਰ ਆ ਚਿੱਟੇ ਵਾਲੀ ਭੇਟ ਤੋਂ ਦੂਰ ਹੈ, ਪਿੰਡ ਨੂੰ ਅਸੀਂ ਇਸੇ ਤੋਂ ਦੂਰ ਰੱਖਾਂਗੇ। ਜਿਵੇਂ ਤੁਸੀਂ 25 ਲੱਖ ਦੀ ਗੱਲ ਕਰੀ, ਫਿਰ ਇਹ ਆ ਵੀ ਭਾਈ ਜਾ ਕੇ ਪਿੰਡ ਦੇ ਲੋਕਾਂ 'ਚ ਜਿਹੜਾ ਰੱਖ ਦੇਣਾ ਜਿੱਥੇ ਜੀ ਕਰਨ ਲੱਗਾ। ਦੇਖੋ ਇਹ ਸਿਸਟਮ ਕੀ ਹੋਊਗਾ, ਜੇ ਮੇਰਾ ਪਿੰਡ ਮੈਨੂੰ ਕਹਿ ਦਿੰਦਾ ਜਦੋਂ ਫਾਰਮ ਭਰਨੇ ਵੀ ਕਿਸੇ ਨੇ ਫਾਰਮ ਨਹੀਂ ਭਰਿਆ, ਚੱਕ ਵੀ ਤੇਰੀ ਸਰਬਸੰਮਤੀ ਕਰਤੀ, ਜਿਹੜੀ ਤੂੰ ਜਵਾਨ ਕੀਤੀ ਸੀ ਉਹਨੂੰ ਪੂਰੀ ਕਰ, ਉਹਦਾ ਕੀ ਸਿਸਟਮ ਬਣੂਗਾ? ਪਿੰਡ ਦਾ ਇਕੱਠ ਕੀਤਾ ਜਾਊਗਾ, ਮੇਰੇ ਪਿੰਡ ਖੂਹ ਹੈ, ਚਿੱਟਾ ਖੂਹ ਵੱਜਦਾ, ਉੱਥੇ ਲਾ ਲਓ ਜਾਂ ਕਿਤੇ ਹੋਰ ਲਾ ਲਓ, ਸਾਰੇ ਪਿੰਡ ਦੀ ਅਲੋਸਮੈਂਟ ਕਰਕੇ ਉੱਥੇ ਇਕੱਠ ਕੀਤਾ ਜਾਊਗਾ। ਇਹ ਨਹੀਂ ਉੱਥੇ ਆਖਿਆ ਜਾਊਗਾ ਵੀ 25 ਲੱਖ ਦੇ ਦੂੰਗਾ, ਉੱਥੇ ਟੇਬਲ 'ਤੇ 25 ਲੱਖ ਰੁਪਇਆ ਇੱਦਾਂ ਰੱਖਿਆ ਜਾਊਗਾ। ਪਿੰਡ ਦੇ ਸਿਆਣੇ ਸਿਆਣੇ ਬੰਦੇ ਦੱਸਣਗੇ ਵੀ ਆਹ ਪਿੰਡ ਦੇ ਕੰਮ ਨੇ, ਆਹ ਵਾਰਡਾਂ ਦੇ ਕੰਮ ਨੇ, ਉੱਥੇ ਹਰੇਕ ਵਾਰਡ ਦੇ ਮੈਂਬਰ ਨੂੰ ਨਾਲ ਲਿਜਾ ਕੇ ਉਹ ਕੰਮ 'ਤੇ ਪੈਸੇ ਲਾਏ ਜਾਣਗੇ। ਉਸੇ ਦਿਨੀ ਜਿੱਦਣ ਸਰਬਸੰਮਤੀ ਹੋਊਗੀ ਉਸੇ ਦਿਨੀ ਪੈਸੇ ਉਹ ਪਿੰਡ ਦੇ ਵਿੱਚ ਵੰਡੇ ਜਾਣਗੇ ਅਤੇ ਕੰਮ ਸਟਾਰਟ ਹੋਊਗਾ। ਇਸ ਤਰ੍ਹਾਂ ਦਾ ਹਾਂ, ਇਹ ਨਹੀਂ ਹੋਊਗਾ ਵੀ ਜਿੱਦਾਂ ਸਰਪੰਚ ਬਣ ਗਏ ਕੋਈ 6 ਮਹੀਨੇ ਬਾਅਦ ਕੰਮ ਸਟਾਰਟ ਹੋਊਗਾ, ਸਾਲ ਬਾਅਦ, ਉਸੇ ਦਿਨ ਤੋਂ ਕੰਮ ਸਟਾਰਟ ਹੋਊ ਮੇਰੇ ਪਿੰਡ ਦੇ ਵਿੱਚ ਜਿੱਦਾਂ ਸਰਬਸੰਮਤੀ ਹੋ ਜਾਂਦੀ ਹੈ। ਸੋਚ ਇਹੀ ਹੈ ਵੀ ਬਣ ਐਤਕੀ ਬਣ, ਜੇ ਸਰਬਸੰਮਤੀ ਨਹੀਂ ਹੁੰਦੀ, ਜੇ ਸਰਬਸੰਮਤੀ ਨਹੀਂ ਹੁੰਦੀ, ਦੇਖੋ ਕੋਈ ਕੌਣ ਬਰਾਬਰ ਮੇਰੇ ਖੜਾ ਹੁੰਦਾ? ਦੇਖੋ ਪਹਿਲਾਂ ਤਾਂ ਮੈਂ ਉਹਨੂੰ ਬੇਨਤੀ ਕਰੂੰਗਾ ਵੀ ਭਰਾ ਬਣ ਕੇ ਆਪਾਂ ਪਿੰਡ 'ਚ ਕੰਮ ਕਰ ਰਹੇ ਨੇ, ਤੂੰ ਮੇਰੇ ਨਾਲ ਲੱਗ, ਆਪਾਂ ਕੰਮ ਕਰੀਏ, ਕਿਉਂ ਆਪਾਂ ਲੜਾਈਆਂ 'ਚ ਪਈਏ, ਕਿਉਂ ਆਪਾਂ ਇਹ ਗੱਲਾਂ 'ਚ ਪਈਏ, ਠੀਕ ਹੈ, ਬੇਨਤੀ ਕਰਾਂ। ਫਿਰ ਵੀ ਜੇ ਕੋਈ ਖੜਾ ਹੁੰਦਾ ਬਾਈ, ਫਿਰ ਲੋਕ ਫੈਸਲਾ ਕਰਨਗੇ, ਫਿਰ ਦੇਖੀ ਜਾਓ। ਹਾਂ, ਫਿਰ ਦੇਖੀ ਜਾਓ ਬਾਈ, ਫਿਰ ਲੋਕ ਫੈਸਲਾ ਕਰਨਗੇ, ਆਪਾਂ ਤਾਂ ਫਿਰ ਫੈਸਲਾ ਕਰਨ ਵਾਲੇ ਰਹੇ ਨਹੀਂ, ਆਪਾਂ ਤਾਂ ਖੜੇ ਹੋ ਸਕਦੇ ਹਾਂ, ਲੋਕਾਂ ਨੂੰ ਬੇਨਤੀ ਕਰ ਸਕਦੇ ਹਾਂ, ਫਿਰ ਲੋਕ ਚਾਹੁੰਣਗੇ ਵੀ ਉਹ ਚੰਗਾ ਜਾਂ ਮੈਂ ਚੰਗਾ। ਜੇ ਤਾਂ ਉਹ ਚੰਗਾ ਹੋਊਗਾ ਬਾਈ ਤਾਂ ਲੋਕ ਉਹਨੂੰ ਵੋਟ ਪਾ ਦੇਣਗੇ, ਜੇ ਮੈਂ ਚੰਗਾ ਹੁੰਦਾ ਤਾਂ ਮੈਂ। ਅੱਛਾ ਇੱਕ ਚੀਜ਼ ਹੋਰ ਆ, ਇਹ ਗੱਲ ਦੇ ਕਿਵੇਂ ਯਕੀਨ ਕਰੀਏ ਵੀ ਸੋਨੀ ਜਿਹੜਾ ਆਪਦੇ ਬੋਲਾਂ ਤੋਂ ਨਹੀਂ ਫਿਰੂਗਾ, ਜਦੋਂ ਹੁਣ ਚਲੋ ਠੀਕ ਆ ਬਹੁਤ ਕੁਝ ਕਹਿ ਰਿਹਾ, ਜਦੋਂ ਸਰਪੰਚ ਬਣ ਗਿਆ ਆਪਦੇ ਬੋਲਾਂ ਤੋਂ ਨਹੀਂ ਫਿਰੂਗਾ, ਇਹ ਕਿਵੇਂ ਯਕੀਨ? ਫਿਰ ਤਾਂ 5 ਸਾਲਾਂ ਲਈ ਲਾ ਤਾਂ ਕੋਈ ਸਕਦੇ ਨਹੀਂ। ਦੇਖੋ ਜਿੱਦਾਂ ਤੁਸੀਂ ਮੈਂ ਕਹਿ ਰਿਹਾ ਵੀ ਬੋਲਾਂ ਤੋਂ ਕਹਿ ਦੇ, 25 ਲੱਖ ਤਾਂ ਮੈਂ ਉਦੋਂ ਹੀ ਫੜਾ ਦੇਣਾ, ਜਿਹੜੇ ਮੇਰੇ ਬੋਲ ਦੀ ਜ਼ਬਾਨ ਹੈ 25 ਲੱਖ ਦੀ, ਉਹ ਤਾਂ ਮੈਂ ਪਹਿਲੇ ਦਿਨ ਹੀ ਪੂਰੀ ਕਰ ਦੇਣੀ ਹੈ, ਠੀਕ ਹੈ, ਉਹ ਗੱਲ 5 ਸਾਲ 'ਤੇ ਨਹੀਂ ਜਾਣੀ। ਜਿਹੜੇ ਮੇਰੇ ਮੂੰਹ ਦੇ 25 ਲੱਖ ਦੇ ਬੋਲ ਨੇ ਉਹ ਤਾਂ ਉਸੇ ਦਿਨ ਹੀ ਪੂਰੇ ਹੋ ਜਾਣੇ ਨੇ। ਦੂਜੀ ਵੱਡੀ ਗੱਲ ਬਾਈ, ਮੈਂ ਨਾ ਧਾਰਮਿਕ ਚੀਜ਼ 'ਤੇ ਬਹੁਤ
ਗੁਰੂਆਂ ਸਿਰ 'ਤੇ ਮੈਂ ਉੱਠਿਆ, ਉਹਨਾਂ ਨੇ ਮੈਨੂੰ ਇੰਨੇ ਜੋਗਰਾ ਕੀਤਾ ਵੀ ਮੈਂ ਸਰਪੰਚੀ 'ਚ ਪੰਗੇ ਲੈਣ ਲੱਗ ਗਿਆ, ਆਪਦੇ ਕੰਮ ਵਧਾਉਣ ਲੱਗ ਗਿਆ ਜਾਂ ਗੱਡੀਆਂ ਲੈਣ ਲੱਗ ਗਿਆ, ਉਹਨਾਂ ਨੇ ਕੀਤਾ। ਜੇ ਉਹਨਾਂ ਨੂੰ ਮੈਂ ਹੇਠਾਂ ਧੱਕੂੰਗਾ ਬਈ ਉਹਨਾਂ ਦੀਆਂ ਝੂਠੀਆਂ ਸਹੁੰ ਖਾਊਂਗਾ, ਮੈਂ ਕਿੱਦਾਂ ਪਾਸ ਹੋਊਂਗਾ? ਠੀਕ ਹੈ, ਜੇ ਸਹੁੰ ਖਾਧੀ ਹੈ ਵੀ ਪਿੰਡ ਨੂੰ ਇਕੱਲੀ ਇਕੱਲੀ ਗ੍ਰਾਂਟ ਦੱਸੀ ਜਾਊਗੀ ਤਾਂ ਉਹ ਦੱਸੀ ਜਾਊਗੀ। ਦੂਜੀ ਵੱਡੀ ਗੱਲ ਬਈ, ਹੁਣ ਤਾਂ ਸਰਕਾਰ ਹੀ ਇੱਦਾਂ ਕਹਿ ਰਹੀ ਹੈ ਵੀ ਜਿਹੜੀ ਗ੍ਰਾਂਟ ਹੈ ਉਹ ਸਭ ਨੂੰ ਪਤਾ ਲੱਗੂ ਵੀ ਇੰਨੇ ਪਿੰਡ ਖਤਰਾਈ ਹੈ। ਉਹ ਪਹਿਲਾਂ ਵਾਲੇ ਸਿਸਟਮ ਨਹੀਂ ਹੋਣੇ ਬਈ, ਵੀ ਉਲਝਾ ਮੇਰਾ ਜਾਣਗੇ। ਅਸੀਂ ਵੀ ਸਰਕਾਰ ਦਾ ਸਾਥ ਦੇਵਾਂਗੇ, ਜੇ ਉਹ ਚੰਗੇ ਇੰਨੇ ਚੰਗੇ ਕੰਮ ਕਰ ਰਹੀ ਹੈ ਤਾਂ ਅਸੀਂ ਵੀ ਉਹਨਾਂ ਦੇ ਨਾਲ ਹਾਂ, ਅਸੀਂ ਵੀ ਪਿੰਡ ਨੂੰ ਦੱਸਾਂਗੇ ਵੀ ਇੰਨੀ ਗ੍ਰਾਂਟ ਆਈ ਹੈ। ਲੱਗਦਾ ਜੇ ਸਰਪੰਚੀ ਆਉਂਦੀ ਤਾਂ 5 ਸਾਲਾਂ ਵਿੱਚ ਪਿੰਡ ਦੀ ਨੁਹਾਰ ਬਦਲ ਦਾਂਗੇ। ਦੇਖੋ 5 ਸਾਲਾਂ ਬਾਅਦ ਬਈ ਮੈਂ ਇਕੱਠ ਕਰਕੇ ਲੋਕਾਂ ਨੂੰ ਇੱਕੋ ਹੀ ਗੱਲ ਆਖਣੀ ਹੈ ਵੀ ਜੇ ਤਾਂ ਤੁਹਾਨੂੰ ਲੱਗਦਾ ਵੀ ਮੈਂ ਕੰਮ ਕੀਤੇ ਨੇ, ਫਿਰ ਤਾਂ ਐਕਟ ਵੀ ਸਰਬਸੰਮਤੀ ਕਰ ਦਿਓ, ਨਹੀਂ ਮੈਂ ਖੜਾ ਨਹੀਂ ਹੁੰਦਾ। ਇਹ ਮੇਰੀ ਜ਼ਬਾਨ ਹੈ ਬਾਈ, ਵੀਡੀਓ ਦੇ ਵਿੱਚ ਕਹਿ ਰਿਹਾ, ਪਿੰਡ ਦੇ ਵਿੱਚ ਵੀ ਕਹਿ ਰਿਹਾ ਵੀ ਆਉਣ ਵਾਲੇ 5 ਸਾਲਾਂ ਤੋਂ ਬਾਅਦ ਮੈਂ ਪਿੰਡ ਦੇ ਵਿਚਾਲੇ ਖੜਾ ਹੋਊਂਗਾ ਵੀ ਮੈਨੂੰ ਸਰਬਸੰਮਤੀ ਕਰ ਦਿਓ। ਜੇ ਮੇਰੇ ਬਰਾਬਰ ਕੋਈ ਖੜਾ ਹੁੰਦਾ, ਪਿੰਡ ਮੈਨੂੰ ਕਹਿੰਦੇ ਵੀ ਅਸੀਂ ਤੇਰੀ ਸਰਬਸੰਮਤੀ ਨਹੀਂ ਕਰਨੀ, ਤੂੰ ਕੰਮ ਨਹੀਂ ਕੀਤੇ, ਮੈਂ ਖੜਾ ਨਹੀਂ ਹੁੰਦਾ ਬਾਈ। ਜ਼ਿੰਦਗੀ ਦੇ ਵਿੱਚ ਬਾਈ ਇਹ ਲਾਈਨ ਦੇ ਵਿੱਚ ਨਹੀਂ ਆਊਂਗਾ ਜੇ ਮੇਥੋਂ ਕੰਮ ਨਾ ਹੋਏ, ਜੇ ਕੰਮ ਨਾ ਹੋਏ। ਹਾਂਜੀ, ਬਾਕੀ ਪਿੰਡ ਦੇ ਵਿੱਚ ਤਾਂ ਜਿਹੜੀ ਬੇਇੱਜ਼ਤੀ ਹੋਣੀ ਹੋਣੀ ਹੈ। ਜਿੱਦਾਂ ਹੁਣ ਤੁਸੀਂ ਵੀਡੀਓ ਬਣਾ ਰਹੇ ਹੋ ਬਾਈ, ਫਿਰ ਕਿਹੜਾ ਮੇਰੇ ਕੋਲ ਇੰਟਰਵਿਊ ਵਾਲੇ ਨਹੀਂ ਆਉਣਗੇ, ਮੈਂ ਕਿੱਦਾਂ ਮੂੰਹ ਚੱਕ ਗੱਲਾਂ ਕਰੂੰ ਬਾਈ? ਉਹਦੇ ਕਿੱਥੇ ਮੈਂ 5 ਸਾਲਾਂ ਤੋਂ ਬਾਅਦ ਤੁਸੀਂ ਮੇਰੇ ਕੋਲ ਦੁਬਾਰਾ ਫੇਰ ਆਉਣਾ ਵੀ ਤੁਹਾਡੀ ਫਿਰ ਸਰਬਸੰਮਤੀ ਹੋ ਰਹੀ ਹੈ? ਹੁਣ ਤਾਂ ਹੋਈ ਹੈ ਪਿੰਡ 'ਚ ਸਰਬਸੰਮਤੀ? ਦੇਖੋ ਮੇਰੀ ਸੁਰ ਤੋਂ ਪਹਿਲਾਂ ਹੋਈ ਹੋਵੇ ਉਹ ਵੱਖਰੀ ਗੱਲ ਹੈ, ਪਰ ਹੁਣ ਮੈਂ ਨਹੀਂ ਦੇਖੀ ਸਰਬਸੰਮਤੀ ਹੁੰਦੀ ਕਦੇ। ਮੈਂਬਰਾਂ ਦੀ ਹੋਈ ਹੈ, ਸਰਪੰਚ ਦੀ ਕਦੇ ਸਰਬਸੰਮਤੀ ਮੇਰੇ ਹੁੰਦੇ ਨਹੀਂ ਹੋਈ। ਤੁਸੀਂ ਕਹਿੰਦੇ ਵੀ ਨਸ਼ਾ ਤਾਂ ਚਲੋ ਮੈਂ ਆਪ ਨਸ਼ਾ ਨਹੀਂ ਕਰਦਾ, ਪਰ ਸਾਡੇ ਤਾਂ ਇਹਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਹੁੰਦਾ ਆ ਸਰਪੰਚੀ ਦੀਆਂ ਵੋਟਾਂ ਦੇ ਹਰ ਵੋਟਾਂ ਦੇ ਦਰਮਿਆਨ ਪੂਰੀ ਖੁੱਲੀ ਚੱਲਦੀ ਆ। ਹਾਂ ਚੱਲਦੀ ਆ ਬਾਈ, ਪਰ ਇਸ ਵਾਰ ਅਸੀਂ ਇਹ ਕੰਮ ਨਹੀਂ ਕਰਾਂਗੇ। ਮੈਂ ਨਹੀਂ ਚਾਹੁੰਦਾ ਵੀ ਮੇਰੀ ਸਰਪੰਚੀ ਕਰਕੇ ਕੋਈ ਬੰਦੇ ਨੂੰ ਮੈਂ ਆਪਦੇ ਘਰੋਂ ਟੱਲੀ ਕਰਕੇ ਤੋਰਾਂ, ਅਤੇ ਉਹ ਆਪਦੇ ਘਰੇ ਜਾ ਕੇ ਕਲੇਸ਼ ਕਰੇ, ਆਪਦੇ ਘਰ ਵਾਲੀ ਨੂੰ ਕੁੱਟੇ ਜਾਂ ਜਵਾਕਾਂ ਨਾਲ ਨੁਕਸਾਨ ਕਰੇ, ਕੋਈ ਵੀ ਨੁਕਸਾਨ, ਮੈਂ ਇੱਦਾਂ ਚੀਜ਼ ਨਹੀਂ ਚਾਹੁੰਦਾ ਬਾਈ। ਨਾ ਹੀ ਇਹ ਕੰਮ ਕਰਨਾ ਆਪਾਂ, ਲੋਕਾਂ ਨੂੰ ਬੇਨਤੀ ਕਰਨੀ ਹੈ ਵੀ ਜਿੱਦੇ ਆਪਾਂ ਜਿੱਤ ਕੇ ਚਲੋ ਇੱਕ ਦਿਨ ਆਪਾਂ ਪਾਰਟੀ ਕਰ ਲਾਂਗੇ, ਪਰ ਰੋਜ਼ ਰੋਜ਼ ਇਹ ਸਿਸਟਮ ਨਹੀਂ ਹੋਊਗਾ। ਤੁਸੀਂ ਇੱਥੋਂ ਟੱਲੀ ਹੋ ਕੇ ਘਰੇ ਜਾ ਕੇ ਜਾਓਗੇ ਤੇ ਲੜਾਓਗੇ, ਪਿੰਡ ਦੇ ਵਿੱਚ ਉਹ ਮਾਹੌਲ ਨਹੀਂ ਆਪਾਂ ਬਣਨ ਦੇਣਾ। ਤੁਹਾਡੇ ਪਿੰਡਾਂ ਨੂੰ ਅਪੀਲ ਕੀ ਆ? ਮੇਰੇ ਪਿੰਡਾਂ ਨੂੰ ਬਾਈ ਇੱਕੋ ਹੀ ਅਪੀਲ ਹੈ ਵੀ ਆਪਾਂ ਜਿਹੜੇ ਲੜਾਈ ਝਗੜੇ ਨੇ ਵੋਟਾਂ ਵੇਲੇ ਜਾਂ ਬਹਿਸਬਾਜ਼ੀਆਂ ਨੇ, ਦੇਖੋ ਮੈਂ ਬੇਸ਼ੱਕ ਕਿਸੇ ਨਾਲ ਨਾ ਲੜਾਂ, ਐਂ ਨਹੀਂ ਪਤਾ ਹੋਰ ਦੋ ਤੁਹਾਡੇ ਲੜ ਪੈਣ ਜੋ ਮੇਰੇ ਨਾਲ ਲੋਕ ਹੋਣ ਜਾਂ ਅਲੱਗ ਹੋਣ, ਉਹਨਾਂ ਦੀ ਵਾਪਸ ਬਹਿਸ ਪਏ ਜੇ ਜਿਹੜੀ ਸਾਰੀ ਜ਼ਿੰਦਗੀ ਦੇ ਬੁਰੇ ਨਤੀਜੇ ਉਹਨਾਂ ਦੇ ਨਿਕਲਣ। ਮੈਂ ਨਹੀਂ ਚਾਹੁੰਦਾ ਮੇਰੇ ਪਿੰਡ ਦੇ ਵਿੱਚ ਇਹ ਸਿਸਟਮ ਹੈ। ਮੈਂ ਪਿੰਡਾਂ ਨੂੰ ਇੱਕੋ ਹੀ ਬੇਨਤੀ ਕਰਦਾ ਵੀ ਮੇਰੇ 'ਤੇ ਇੱਕ ਵਾਰੀ ਯਕੀਨ ਕਰੋ, ਸਰਬਸੰਮਤੀ ਕਰੋ, ਵੋਟਾਂ ਆਪਾਂ ਨਾ ਪੁਆਈਏ। ਜਿੱਦਣ ਤੁਸੀਂ ਸਰਬਸੰਮਤੀ ਕਰੋਗੇ ਆਪਾਂ ਇੱਕ ਥਾਵੇਂ ਇਕੱਠ ਕਰਕੇ ਕੈਸ਼ ਪੈਸੇ ਮੈਂ ਤੁਹਾਡੇ ਸਾਹਮਣੇ ਰੱਖੂੰਗਾ, ਪਿੰਡ 'ਤੇ ਜਿੱਥੇ ਮਰਜ਼ੀ ਲਵਾ ਲਓ। ਉਸ ਤੋਂ ਬਾਅਦ ਜਿਹੜੀਆਂ ਸਰਕਾਰ ਦੀਆਂ ਗਰੰਟਾਂ ਨੇ ਉਹ ਤਾਂ ਆਉਣੀਆਂ ਆਉਣੀਆਂ ਨੇ ਵੀ ਆਪਾਂ ਇਹ ਚੀਜ਼ਾਂ ਤੋਂ ਦੂਰ ਰਹੀਏ। ਮੇਰੇ 'ਤੇ ਯਕੀਨ ਕਰੋ, ਆਪਾਂ 5 ਸਾਲਾਂ ਦੇ ਵਿੱਚ ਪਿੰਡ ਦਾ ਐਸਾ ਨਾਮ ਬਣਾਵਾਂਗੇ ਜਿਹੜਾ ਤੁਸੀਂ ਯਾਦ ਰੱਖੋ। ਜੇ ਨਾ ਬਣਿਆ ਫਿਰ ਬਾਈ ਹੋਈ ਨਹੀਂ ਸਕਦਾ ਨਾ ਬਣੇ, ਜੇ ਨਾ ਬਣਿਆ ਬਾਈ ਦੇਖੋ ਅਗਲਾ ਕਹਿੰਦਾ ਮੈਂ ਤੁਸੀਂ ਕਹਿੰਦੇ ਮੈਨੂੰ ਅਗਲੀ ਨਾਚਦਾ, ਪਰ ਉਹ 5 ਸਾਲ ਦਾ ਜੇ ਨਾ ਬਣਿਆ ਨਾਮ, ਜੇ ਕੁਛ ਨਾ ਹੋਇਆ ਫਿਰ ਕੀ ਕਰੋਗੇ? ਦੇਖੋ ਜੇ ਨਾ ਹੋਇਆ ਬਾਈ ਮੈਂ ਪਿੰਡ ਦੇ ਵਿੱਚ ਰਹਿਣਾ। ਦੇਖ ਸਭ ਤੋਂ ਵੱਡੀ ਬੇਇੱਜ਼ਤੀ ਹੁੰਦੀ ਹੈ ਜੇ ਕੋਈ ਮੰਨੇ, ਹਨਾ ਬੇਇੱਜ਼ਤੀ ਸਭ ਤੋਂ ਵੱਡੀ, ਜਿਹੜਾ ਬਾਈ ਕੋਈ ਬਸਰਮ ਬੰਦਾ ਹੁੰਦਾ ਵੀ ਯਾਰ ਕੋਈ ਚੱਕਰ ਨਹੀਂ ਆਪਾਂ ਨੇ ਕੀ ਲੈਣਾ, ਉਹ ਸਿਸਟਮ ਦੇ ਆਪਾਂ ਬੰਦੇ ਹੈ ਨਹੀਂ ਬਾਈ। ਠੀਕ ਹੈ, ਸਭ ਤੋਂ ਵੱਡੀ ਬੇਇੱਜ਼ਤੀ ਹੁੰਦੀ ਜਿੱਥੇ ਜਾਵਾਂਗੇ ਬਈ ਹਰੇਕ ਬੰਦਾ ਗੱਲਾਂ ਕਰੂਗਾ, ਠੱਗ ਫਿਰਦਾ, ਇਹਨੇ ਮੇਰੇ ਪਿੰਡ ਦੇ ਪੈਸੇ ਖਾਧੇ ਨੇ, 2 ਮਿੰਟ ਲਾਉਂਦਾ ਇਹ ਸਰਕਾਰ ਲਵੇ ਜਾਣ ਨੂੰ ਲੋਕ। ਬਿਲਕੁਲ ਠੀਕ ਹੈ, ਮੈਂ ਇਹ ਕੰਮ ਨਹੀਂ ਕਰੂੰਗਾ ਤਾਂ ਮੈਨੂੰ ਬੁਰੇ ਨਤੀਜੇ ਭੁਗਤਣੇ ਪੈਣਗੇ। ਮੈਂ ਚੰਗੇ ਕੰਮ ਕਰੂੰਗਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੇਰਾ ਨਾਮ ਵੀ ਹੋਊਗਾ ਅਤੇ ਮੈਂ ਬਹੁਤ ਉੱਚੇ ਲੈਵਲ 'ਤੇ ਪਹੁੰਚੂਗਾ। ਮੇਰੀ ਸੋਚ ਇਹ ਨਹੀਂ ਮੈਂ ਇਕੱਲੀ ਸਰਪੰਚੀ ਕਰਨੀ ਹੈ, ਮੈਂ ਉਹ ਸੋਚ ਲੈ ਕੇ ਆਏ ਪਿੰਡ ਪੱਧਰ ਤੋਂ ਉੱਠ ਕੇ ਬਹੁਤ ਵੱਡੇ ਜਗ੍ਹਾ 'ਤੇ ਪਹੁੰਚਣਾ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨਾ। ਕੋਈ ਇਹ ਸਿਸਟਮ ਲੈ ਕੇ ਬਾਈ ਮੈਂ ਨਹੀਂ ਆਇਆ, ਸੱਚਾਈ ਹੈ ਮੈਂ ਸਰਪੰਚ ਬਣਨਾ। ਜੇ ਮੈਂ ਪਿੰਡ ਤੋਂ ਲੈ ਕੇ ਚੰਗੇ ਕੰਮ ਕਰੂੰਗਾ ਤਾਂ ਹੌਲੀ ਹੌਲੀ ਉੱਪਰ ਤੱਕ ਪਹੁੰਚਾਂਗੇ। ਜੀ ਬਾਈ, ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਬਾਈ। ਮੇਰੇ ਨਾਲ ਬਾਈ ਸੋਨੀ ਸੀ, ਸੋਚਿਆ ਕਿ ਉਸ ਨੌਜਵਾਨ ਦੀ ਜਾ ਕੇ ਸੋਚ ਬਾਰੇ ਤਾਂ ਪਤਾ ਕੀਤਾ ਜਾਵੇ ਹੈ ਕਿੱਦਾਂ ਦਾ, ਪਰ ਇੱਕ ਗੱਲ ਬੜੀ ਵਧੀਆ ਕਹੀ ਹੈ ਕਿ ਜਿਹੜਾ ਵੀ 25 ਲੱਖ ਜੇਕਰ ਅਸੀਂ ਉੱਦਾਂ ਵੋਟਾਂ ਪਾਉਣੇ ਆ, ਲੜਾਈ ਝਗੜੇ ਹੁੰਦੇ, ਸੌ ਚੀਜ਼ਾਂ ਹੁੰਦੀਆਂ ਨੇ, ਸਰਬਸੰਮਤੀ ਮੇਰਾ ਪਿੰਡ ਜੇਕਰ ਕਰਦਾ ਤਾਂ ਉਸੇ 25 ਲੱਖ ਨੂੰ ਮੈਂ ਆਪਣੇ ਪਿੰਡ 'ਤੇ ਜਿਹੜਾ ਆ ਉਹ ਲਾਊਂਗਾ, ਅਤੇ ਪਿੰਡ ਵਾਲੇ ਜਿਹੜੇ ਵੀ ਜਿੱਥੇ ਵੀ ਚਾਹੁੰਦੇ ਨੇ ਮੈਂ ਉੱਥੇ ਲਾਊਂ। ਵੱਡੀ ਗੱਲ ਇੱਕ ਹੋਰ ਬਾਈ ਨੇ ਕਹੀ ਆ, ਹਾਲਾਂਕਿ ਹੈ ਤਾਂ ਇਹ ਰਾਜਨੀਤਿਕ ਬਿਆਨ ਆ, ਬਾਈ ਕਹਿੰਦਾ ਜੇ ਮੈਂ ਨਹੀਂ ਕੰਮ ਕਰੂੰਗਾ ਮੈਂ ਤਾਂ ਪਿੰਡ ਦੇ ਵਿੱਚ ਖੜਾ ਹੋ ਕੇ ਕਹਿ ਦੂੰਗਾ ਕਿ ਭਈ ਮੈਨੂੰ ਅਗਲੀ ਵਾਰੀ ਸਰਪੰਚ ਜਿਹੜਾ ਉਹ ਨਾ ਬਣਾਇਓ। ਸੋ ਬਾਈ ਕਹਿੰਦਾ ਕਿ ਨੌਜਵਾਨ ਵਰਗ ਨੂੰ ਵੀ ਜਿਹੜਾ ਇਸ ਚੀਜ਼ ਦੇ ਵਿੱਚ ਅੱਗੇ ਆਉਣਾ ਚਾਹੀਦਾ। ਸੋ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇ ਬੰਦ ਦੇ ਵਿੱਚ। ਧੰਨਵਾਦ।